ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੰਦਰੁਸਤ ਹੋਵੋਗੇ ਅਤੇ ਤੁਸੀਂ ਇਹ ਦੇਖ ਲਓ ਸਾਰੇ ਜਣੇ ਬਾਹਰ ਖੜ੍ਹੇ ਆ ਗੱਡੀ ਦੇ ਵਿੱਚ ਮੈਂ ਤੁਹਾਨੂੰ ਫਟਾਫਟ ਇੱਕ ਅਪਡੇਟ ਦੇ ਦਿੰਦਾ ਕਿ ਅਸੀਂ ਜਾ ਰਹੇ ਹਾਂ ਜੀ ਇੱਕ ਨਵੀਂ ਚੀਜ਼ ਬਾਏ ਕਰਨ ਅਤੇ ਤੁਸੀਂ ਇਹ ਸਾਰੇ ਜਣੇ ਦੇਖ ਲਓ ਪਾਪਾ ਖੜ੍ਹੇ ਆ ਅਜੇ ਆ ਅਤੇ ਮੰਮੀ ਅਤੇ ਸਤਵੀਰ ਅਤੇ ਆਪਾਂ ਚੱਲੇ ਹਾਂ ਜੀ ਨਵੀਂ ਚੀਜ਼ ਬਾਏ ਕਰਨ ਉਹ ਚੀਜ਼ ਕੀ ਹੈਗੀ ਉੱਥੇ ਤੁਹਾਨੂੰ ਜਾ ਕੇ ਦੱਸਾਂਗੇ ਪਾਪਾ ਲਈ ਮੇਨ ਗੱਲ ਆ ਵੀ ਪਾਪਾ ਲਈ ਸਰਪ੍ਰਾਈਜ਼ ਆ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਘਰਦਿਆਂ ਨੂੰ ਪਤਾ ਮੀਨਸ ਮੰਮੀ ਸਤਵੀਰ ਔਰ ਅਜੇ ਨੂੰ ਪਤਾ ਆ ਅਤੇ ਪਾਪਾ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਪਾਪਾ ਨੇ ਇੱਕ ਛੋਟੀ ਜਿਹੀ ਮੰਗ ਰੱਖੀ ਸੀਗੀ ਕਿ ਹਾਂ ਆਪਾਂ ਇਹ ਚੀਜ਼ ਲੈਣੀ ਆ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਚੀਜ਼ ਪੂਰੀ ਹੋਣ ਲੱਗੀ ਆ ਅਤੇ ਪਾਪਾ ਨੂੰ ਬਿਲਕੁਲ ਨਹੀਂ ਪਤਾ ਪਾਪਾ ਹੁਣੇ ਨੰਗਲ ਤੋਂ ਆਏ ਆ ਬਸ ਪਾਪਾ ਨੇ ਅੰਦਰ ਸਮਾਨ ਰੱਖਿਆ ਸਮਾਨ ਸਮੂਨ ਰੱਖ ਕੇ ਅਤੇ ਹੁਣ ਆਪਾਂ ਗੱਡੀ ਦੇ ਵਿੱਚ ਅੱਧੇ ਬਾਹਰੋਂ ਬਾਹਰ ਬਾਹਰ ਹੀ ਖੜੀ ਕੀਤੀ ਹੋਈ ਸੀ ਬਾਹਰੋਂ ਬਾਹਰ ਅਸੀਂ ਚੱਲੇ ਹਾਂ ਸੋ ਵਲੋਗ ਦੇ ਵਿੱਚ ਲਾਸਟ ਤੱਕ ਬਣੇ ਰਹੋ ਅਤੇ ਤੁਹਾਨੂੰ ਅੱਜ ਇੰਟਰਸਟਿੰਗ ਵਲੋਗ ਦਿਖਾਉਂਦੇ ਹਾਂ ਚਲੋ 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 ਬਹਿ ਜਾਓ ਕਿੱਦਾਂ ਜੀ ਆ ਦੇਖੋ ਸੱਜ ਕੇ ਬੈਠੀ ਹਾਂ ਅਤੇ ਕੀ ਕਿੱਦਾਂ ਝਟਕਾ ਝੁਟਕਾ ਲੱਗਾ ਪਾਪਾ ਮੈਨੂੰ ਕਹਿੰਦੇ ਰੁਕ ਲੈਂਦੇ ਹਾਂ ਵੀ ਹਜੇ ਆਪਾਂ ਅਗਲੇ ਸਾਲ ਲਵਾਂਗੇ ਅਗਲੇ ਸਾਲ ਕਿਹਨੇ ਦੇਖਣਾ ਕੀ ਹੋਣਾ ਕੀ ਨਹੀਂ ਹੋਣਾ ਸੋ ਆ ਜਿਹੜੀ ਸਰਪ੍ਰਾਈਜ਼ ਹੈਗਾ ਉਹ ਇਹ ਆ ਵੀ ਆਪਾਂ ਆਏ ਹੋਏ ਹਾਂ ਜੀ ਰੋਇਲ ਇਨਫੀਲਡ ਅਤੇ ਆਪਾਂ ਹੁਣ ਪਾਪਾ ਨੂੰ ਗਿਫਟ ਕਰਨਾ ਮੇਰੇ ਵੱਲੋਂ ਪਾਪਾ ਨੇ ਚੂਜ਼ ਕੀਤਾ ਹੈਗਾ ਕਿਹੜਾ ਚਲੋ ਉਹ ਬਾਅਦ 'ਚ ਦੱਸਦੇ ਹਾਂ ਲਾਸਟ ਵਿੱਚ ਤੁਸੀਂ ਵਲੋਗ ਨੂੰ ਲਾਸਟ ਤੱਕ ਦੇਖਿਓ ਫਿਰ ਤੁਹਾਨੂੰ ਦੱਸਾਂਗੇ ਲਾਸਟ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕਿਹੜਾ ਕਲਰ ਲਿਆ ਹੈ ਹਾਂ ਦੇਖੋ ਆਹ ਵੀ ਆ ਗਿਆ ਆ ਉਹ ਵੀ ਕਲਰ ਹੈਗੇ ਆ ਉਹ ਸਿੰਪਲ ਉਹ ਬੇਸ ਮਾਡਲ ਆ ਸਾਰੇ ਅਜੇ ਉਹ ਬੇਸ ਮਾਡਲ ਆ ਸਾਰੇ ਓਵਰ ਆਹ ਟੌਪ ਮਾਡਲ ਇਹਨਾਂ ਦਾ ਇਹਨਾਂ ਨੇ ਨਾ ਇਸ ਸ਼ੇਪ ਦੇ ਵਿੱਚ ਇਹ ਚੀਜ਼ਾਂ ਕਲਰ ਕੰਬੀਨੇਸ਼ਨ ਕੀਤਾ ਜਦੋਂ ਪਹਿਲਾਂ ਰੈਟਰੋ ਆਉਂਦੇ ਹੁੰਦੇ ਸੀ ਪਹਿਲੇ ਜ਼ਮਾਨੇ ਦੇ ਵਿੱਚ ਪਿਤਾਜੀ ਵਾਲੇ ਦੇ ਵਿੱਚ ਲਾਲ ਟੈਂਕੀ ਇੱਦਾਂ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸ ਦਿੰਦਾ ਕਿ ਆਪਣੇ ਕੋਲ ਪਹਿਲਾਂ ਵੀ ਬੁਲਟ ਸੀਗਾ ਦੋ ਬੁਲਟ ਸੀਗੇ ਇੱਕ ਨਹੀਂ ਸੀ ਸਟੈਂਡਰਡ ਵੀ ਸੀ ਔਰ ਕਲਾਸਿਕ ਵੀ ਸੀਗਾ ਔਰ ਬਹੁਤ ਹੀ ਪੁਰਾਣੀ ਗੱਲ ਨਹੀਂ ਹੈ 2021 ਦੀ ਗੱਲ ਆ ਅਤੇ ਉਸ ਤੋਂ ਬਾਅਦ ਮੈਂ ਜਾਵਾ ਲਿਆ ਜਾਵੇ ਤੋਂ ਬਾਅਦ ਹੁਣ ਪਾਪਾ ਨੇ ਮੈਨੂੰ ਥੋੜ੍ਹੇ ਦਿਨ ਪਹਿਲਾਂ ਕੀ ਕਿਹਾ ਸੀ ਮੈਂ ਕਿਹਾ ਲੈ ਲੈਣੀ ਆ ਪਾਪਾ ਨਾ ਮੇਰੇ ਤਾਏ ਪਾਪਾ ਨੇ ਨਾ ਤਾਇਆ ਜੀ ਵਾਲਾ ਮੋਟਰਸਾਈਕਲ ਚਲਾਇਆ ਬੁਲਟ ਤਾਇਆ ਜੀ ਦੇ ਜਿਹੜਾ ਮੁੰਡੇ ਦਾ ਵਿਆਹ ਹੋਇਆ ਉਹਦੇ ਕੋਲ ਸੀਗੀ ਆਪਣੀ ਗੱਡੀ ਸਵਿਫਟ ਅਤੇ ਪਾਪਾ ਬੁਲਟ ਚਲਾਉਂਦੇ ਹੁੰਦੇ ਸੀਗੇ ਅਤੇ ਪਾਪਾ ਮੈਨੂੰ ਕਹਿੰਦੇ ਵੀ ਆਪਾਂ ਨੇ ਇੱਕ ਵਾਰ ਫਿਰ ਬੁਲਟ ਲੈਣਾ ਆ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਇਹ ਵੀ ਕੰਡਾ ਕੱਢ ਦੇਣਾ ਕੋਈ ਚੱਕਰ ਨਹੀਂ ਹੈ ਅਤੇ ਆਹ ਕੁਛ ਇਹਨਾਂ ਦਾ ਸ਼ੋਰੂਮ ਆਪਾਂ ਆਏ ਹੋਏ ਜੀ ਇਸ ਵੇਲੇ ਫਗਵਾੜੇ ਖਾਲਸਾ ਆਟੋਮੋਬਾਈਲ ਹੀ ਹੈ ਸ਼ਾਇਦ ਇਹ ਰੋਇਲ ਇਨਫੀਲਡ ਖਾਲਸਾ ਵਾਲਿਆਂ ਦਾ ਹੈ ਜੀ ਇਹ ਸ਼ੋਰੂਮ ਅਤੇ ਆਪਾਂ ਵੀ ਖਾਲਸੇ ਅਤੇ ਖਾਲਸੇ ਵਾਲਿਆਂ ਕੋਲ ਲਾਵਾਂਗੇ ਅਤੇ ਅੱਜ ਸਾਨੂੰ ਅਜੇ ਨੇ ਵੀ ਜੁਆਇਨ ਕੀਤਾ ਬੜਾ ਕੀਮਤੀ ਟਾਈਮ ਕੱਢ ਕੇ ਮੈਂ ਕਿਹਾ ਮੇਰਾ ਭਰਾ ਵੀ ਡਿਲੀਵਰੀ ਦੇ ਵਿੱਚ ਚੱਲੂਗਾ ਅਤੇ ਕਲਰਸ ਕਈ ਹੈਗੇ ਆ ਇੱਕ ਆਹ ਕਲਰ ਖੜ੍ਹਾ ਜੀ ਅਤੇ ਉਹ ਤੁਹਾਨੂੰ ਦਿਖਾਇਆ ਵੀ ਬੇਸ ਮਾਡਲ ਇਹ ਸਾਰੇ ਕਲਾਸਿਕ ਦੇ ਵਿੱਚ ਹੀ ਆ ਔਰ ਆਪਾਂ ਸਟੈਂਡਰਡ ਨਹੀਂ ਲੈ ਰਹੇ ਕਲਾਸਿਕ ਲੈ ਰਹੇ ਹਾਂ ਜੀ ਪਰ ਜਿਹੜਾ ਆਪਾਂ ਫਾਈਨਲ ਕੀਤਾ ਆ ਉਹ ਤੁਹਾਨੂੰ ਦੱਸਾਂਗੇ ਆਪਾਂ ਇਸ ਵਲੋਗ ਦੇ ਲਾਸਟ ਵਿੱਚ ਜਦੋਂ ਆਪਾਂ ਇੱਦਾਂ ਪੜਦਾ ਚੱਕਾਂਗੇ ਕਿਹੜਾ ਹਾਂ ਇਹ ਨਾ ਅਸੈਸਰੀਜ਼ ਵਗੈਰਾ ਇਹਨਾਂ ਦੀਆਂ ਜਿੱਦਾਂ ਰਾਈਡਿੰਗ ਕਰ ਲਈ ਰਾਈਡਿੰਗ ਗੇਅਰਸ ਆ ਹਾਂ ਇਹ ਵੀ ਟੋਏ ਵੀ ਖਰੀਦ ਸਕਦੇ ਹਾਂ ਹਾਂ ਸੇਮ ਟੂ ਸੇਮ ਆ ਇਹਨਾਂ ਨੇ ਬਣਾਏ ਹੋਏ ਆ ਇਹ ਗੱਡੀਆਂ ਵਿੱਚ ਰੱਖਣ ਲਈ ਘਰਾਂ ਵਿੱਚ ਰੱਖਣ ਲਈ ਸ਼ੋਅ ਪੀਸ ਅਤੇ ਹੈਲਮਟ ਨਾਲ ਦੇਣਗੇ ਤੈਨੂੰ ਪਤਾ ਹਾਂ ਤੈਨੂੰ ਨਹੀਂ ਨਾ ਮਿਲਿਆ ਸੀ ਯਾਮਾ ਦੇ ਨਾਲ ਦੇਖ ਲਿਆ ਯਾਮਾ ਵਾਲੇ ਕਿੰਨੇ ਕੰਜੂਸ ਆ ਅਤੇ ਆਪਾਂ ਕਦੀ ਵੀ ਰੈਟਰੋ ਬਾਈਕ ਲੈਣੇ ਜਿੱਦਾਂ ਪਹਿਲਾਂ ਜਾਵਾ ਲਿਆ ਸੀ ਜਾਂ ਬੁਲਟ ਲਿਆ ਸੀ ਇਹਨਾਂ ਨਾਲ ਨਾ ਸਾਨੂੰ ਹੈਲਮਟ ਮਿਲਦਾ ਹੀ ਮਿਲਦਾ ਆ ਅਤੇ ਇਹਨਾਂ ਦੀ ਟੀ ਸ਼ਰਟਸ ਵੀ ਹੈਗੀਆਂ ਹੈ ਤੂੰ ਲਾ ਕੇ ਘੁੰਮਿਆ ਕਰ ਤੂੰ ਤਾਂ ਉੱਦਾਂ ਨਹੀਂ ਲਾਉਂਦਾ ਉਹ ਤੇਰਾ ਫੇਵਰੇਟ ਬਾਈਕ ਖੜਾ ਹਾਂ ਅਜੇ ਨੂੰ ਉਹ ਬਾਈਕ ਪਸੰਦ ਆ ਸਾਹਮਣੇ ਵਾਲਾ 650 ਸੀਸੀ ਆ ਆ ਪਤਾ ਨਹੀਂ ਕੀ ਸਲਾਹਾਂ ਚੱਲਦੀ ਕੀ ਕਹਿੰਦੇ ਤੁਹਾਨੂੰ ਲੱਗਦਾ ਸੀਗਾ ਉਦੀ ਝੂਠ ਮਾਰੀ ਜਾਂਦੇ ਕੀ ਤੁਹਾਨੂੰ ਪੱਕਾ ਪਤਾ ਸੀ ਤੁਹਾਨੂੰ ਜਸਕਰਨ ਨੇ ਦੱਸਿਆ ਹੋਣਾ
नहीं उन्हें ना स्नैपचैट से स्टोरी देखी सी मेरी मैंने ये डाउट जी जसकरन व्लॉग देखता वो भी शायद जसकरन की पापा के नाल गल होगी मैंने सुधीर ने भी कहा भी भाजी ने ना कॉन्ग्रेचुलेट किया मैं तो जसकरन तेरा मैसेज नहीं देखा मैंने डाउट से भी जसकरन ने पापा दस देना भी शायद उदा ही तुम फोन करूंगा भी मुबारक हाँ मैं तुम्हें दस रहा भी क्लासिक नहीं फिर तो किक का पंगा पै जाता आप फाइनल इन्हों विचों ही किया जे रंगखड़े आ सॉरी क्लासिक ही किया पर किहड़ा कलर किया तो तुहानू लास्ट विच दसांगे पहला भी अपने को ही रंग सी हाँ पहला भी उही रंग सी ते अजय नू तां पसंद आ अजय नू आ पसंद आ 650 सीसी इंटरसैप्टर ये तां 550 आंदा हुंदा बुलेट हाँ पुराने पहला 550 आंदा अलग ही इहदा भी रूप वैसे ब्रिटिश ये ले जाओ फिर ओ हाँ पुराने ओल्ड स्कूल दे विच बनाया है सारा व्लॉग अनकट चलता वैसे वेले तुहानू डिटेल दे रहे हैं आप हैलमेट वगैरह देख लो इन्हां दे शोरूम बहुत सोहना बनाया हुआ ग्राउंड क्लीयरेंस का हो सकता माड़ा मोटा कुछ फर्क पहला जिहड़ा जिहड़ा क्लासिक है ना उहदे विच यूसी इंजन हुंदा सीगा ते हुण मटेओर वाला इंजन देता देखो सेम इंजन मैं बुलेट क्यों वेचिया पहला और जावा क्यों लिया सी हुण द्वारती बुलेट आपां क्यों लै रहे हां इह सारी डिटेल मैं नैक्सट व्लॉग दे विच दसूंगा इहदे विच तां सिर्फ तुहानू मैं यही आपां डिलीवरी वाला सिर्फ खुशी दे पल आ जिहड़े यही दिखाउणे आ तुहानू इह हैगी है जी इहनां दी असैसरीज आ जेन्यून असैसरी है जिन्हों का चलान वगैरह नहीं है अलॉयज सीट कवर सीट्स कई कुछ आ जिन्हों विच आपां नूं पता भी नहीं है आता लाइट जी रिंग्स है सामने लाने वाली लैग गार्ड हाँ जी इन्हों के रॉयल एनफील्ड के इन्हों चलान है नहीं है जेन्यून असैसरीज आ सो ओवरऑल बैग्स वगैरह भी रखे हुए वधिया जगाड़ आ वधिया सारा ताम जाम किया हुआ बाकी तुहानू दस दें जिदा जिदा कोई अपडेट होंगी अजय कहता पाया हूँ मेरा ड्रीम ये है इनू अचीव करना मैं क्या जदों तू इनू रेव करिया करना तो आप हुशियारपुर रह जाया करना तो इन्हें अपनी डेस्टिनी ते पहुँच जाया करना इंजन देखो तुम कड़ा है 650 सीसी इंजन पर इन्ना भजदा नहीं होना है नहीं इन्ना नहीं भजदा होना जिदा कि स्पोर्ट्स बाइक भरते हैं हाँ ये रेट्रो बाइक है ये कहता मैं तो R15 लैना जी ये बंदा स्पोर्ट्स बाइकों का आशक है नाले मुंडे मुबारक दे दौ तो 1 लाख सबसक्राइबर हो चुके सवा लाख सा जो कहो उदो बधा के दस दिता 1.25 लाख सबसक्राइबर वो जी सिल्वर प्ले बटन है सिल्वर प्ले बटन दिखाई सारे स्क्रीनशॉट मुंडा तुम स्क्रीनशॉट दिखाऊगा इन्हें अपलाई कर दिता है जी देखिए उ चीज़ खुले होर ना कुछ खुल जाए और कुछ हो सकता जेडे बैचलर होंगे इन्हों का यह भी खतरा होता देखो मुंडे ने अपना सिल्वर प्ले बटन है जो ऑर्डर कर दिता हूँ वीक विद इन 2 वीक्स के सारा कुछ हो जाऊगा ये वधिया ना छोटे छोटे मोटरसाइकिल जी किसी ने आ लेना हो सू दस दौ आप ये भी दवा मांगी डिस्प्ले किया इत भी हेल्प करे भी जो मान लो किसी ने कलर चूज करना हो भी इदा का लगेगा एन बिल्कुल 00 जीरोक्स कॉपी है मतलब अजय केड़ा कलर होगा इन्होंने आ भी हो सकता आ तो नहीं होगा आ भी हो सकता इन चो ही ये भी हो सकता जी तो फिर जरा अज का सरप्राइज आ रिवील कर लगे हैं भी आप बाइक लिया ये पिछे तुम देख रहे हो जी रॉयल एनफील्ड तो चाबी चुबी लैके आप जी डिलीवरी वो लै चुके हैं उन्होंने फोटोज़ वगैरह खिंचनिया सी तो हूँ तुम देख लो खुश हैं तो रेडी करवा लिया जी नंबर प्लेटा तो आ जो स्टिकर है ये बड़े सोहने लगते हैं पहले इन्हों का चा बड़ा हुंदा सी खालसा मोटर्स पहलों भी अपने को यही कलर सेगा और हूँ भी आप गन मेटल ग्रे पापा ने चूज़ किया मैं तो इन्हों ऑप्शन दिती सी भी तुसी जिहड़ा मर्जी लै सकते हो पापा कहिंदे भी इहदे जिहड़ा ब्लैक और ग्रे का कंबीनेशन आ भी इह सोहना लगा इस करके पापा ने यह चूज़ किया क्योंकि चलाना पापा ने पापा ही चूज़ करनगे साडे वल्लों
पापा नूं बहुत बहुत मुबारकां ते तुसीं सारे ब्लॉग दे विच थल्ले कमेंट्स ते जाके बधाइयां दे दिओ जी। गुरु साहब की कृपा दे नाल इक होर अचीवमेंट आ ते महाराज इदां ही तरक्कियां दिंदे रहण ते आपां बार 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 मम्मी कहिंदे वी तूं बेचिआ ना कर, मैं कहा महाराज तरक्कियां दिंदे रहण ते आपां बार बार बेची जावांगे ते लई जावांगे, हुण उही आ जो महाराज ने करना आ, क्यों भी अजे ते बाकी महाराज दे सिर ते आ वी उहनां दे हुक्म दे नाल उड़दे फिरदे आ ते तुसीं हुण सारे कॉन्ग्रेचुलेट करदे हो जी। सो इह हैगा जी कलर गन मैटल ग्रे, ये पहले जिहड़े 2021 तो यानी 2021 तक जिहड़े बुलेट्स आए आ जां क्लासिक आए आ उहनां नालों टोटली ये डिफरेंट आ जी। सो इहनां जिहड़ी सैरेमनी आ उह कोई इदां दी नहीं हैगी वी जिद्दां उह जावा दी लई सी ना आपां उह रिवील करदे आ कपड़े चक के फिर दसदे आ, इह चीज़ बिल्कुल नहीं हैगी, इहनां दी सिंपल जी हुंदी आ क्योंकि पता है वी तुहानूं इहनां दी चीज़ां बिकदियां आ। सो इस करके इहनां ने बड़ी सिंपल जी आ जिहड़ी एक स्नैप लई ते कहता वी आ जी तुहाडा बुलेट रेडी आ और रहन दो आपां छल्ला की करना है हैं लेना की इहदे विच सानूं गिफ्ट दे विच मिलिया है जी की है हैलमेट जिहड़ी सतवीर हुण मेरे पिछे जदों बैठिया करूगी ते ला के फिर आपां राइड करिया करांगे जल्दी तुहानूं राइड वाले व्लॉग भी दिसणगे शायद कल इस हुणे घर जाके कढ़ दईए इक राइड ना हां बड़ी स्पार्कल चमकदे पई इहदे विच ਉਹ ਤਾਂ ਡਿਲੀਵਰੀ ਦੇ ਕੇ ਫਟਾਫਟ ਅੰਦਰ ਚਲੇ ਗਏ ਮੈਨੂੰ ਰੂੜ ਲੱਗਾ ਵੀ ਬਿਹੇਵੀਅਰ ਇਹ ਵਾਲਾ ਇਹਨਾਂ ਦੀ ਜਿਹੜੀ ਆ ਡਿਲੀਵਰੀ ਆ ਨਾ ਇਹ ਇੰਨੀ ਕੁਛ ਖਾਸ ਨਹੀਂ ਹੈਗੀ ਜਾਵਾ ਵਾਲਿਆਂ ਨੇ ਧੱਕ ਪਾਤੀ ਸੀ ਪੂਰੀ ਧੱਕ ਜਿਹਨੂੰ ਕਹਿੰਦੇ ਹੁੰਦੇ ਬਈ ਹਾਂ ਕੁਛ ਵੀ ਨਹੀਂ ਹੈਗੀ ਬਾਹਰ ਕੋਈ ਵੀ ਨਹੀਂ ਤੁਸੀਂ ਦੇਖੋ ਅੱਗੇ ਪਿੱਛੇ ਹਾਂ ਚਲੋ ਪਹਿਲਾਂ ਤਾਂ ਦੋ ਕੁ ਚੀਜ਼ਾਂ ਸੀਗੀਆਂ ਜਿਹੜੀਆਂ ਇਹਦੇ ਵਿੱਚ ਆਪਾਂ ਕਰਵਾਈਆਂ ਕਿਉਂਕਿ ਇਹਨਾਂ ਨੇ ਸਾਨੂੰ ਕਈ ਪੀਸ ਦਿਖਾਏ ਜਿਨ੍ਹਾਂ ਵਿੱਚ ਕੋਈ ਸਕਰੈਚ ਸੀਗਾ ਕੋਈ ਹੋਰ ਇਸ਼ੂ ਸੀਗਾ ਸੋ ਆਪਾਂ ਬੜਾ ਮਿਹਨਤ ਕਰਕੇ ਕੱਢਿਆ ਆ ਤੇ ਬਾਕੀ ਤੁਹਾਨੂੰ ਹੁਣ ਹਾਂ ਹੈਲਮੇਟ ਆਪਣੀ ਕਾਰ ਆਪਾਂ ਜਿਹੜੀ ਆ ਸਵਿਫਟ ਲਿਆਂਦੀ ਆ ਤੇ ਪਹਿਲਾਂ ਅਜੇ ਆਪਾਂ ਚਲਾਵਾਂਗੇ ਠੀਕ ਹੈ ਤੇ ਤੁਸੀਂ ਜਦੋਂ ਨੰਗਲ ਜਾਓਗੇ ਉਦੋਂ ਚਲਾਇਓ ਹੁਣ ਆਪਾਂ ਚਲਾਵਾਂਗੇ ਇਹਨੂੰ ਸੋ ਹੁਣ ਇਹਨੂੰ ਕੱਪੜਾ ਵੱਜੂਗਾ ਤਕਰੀਬਨ ਮੈਂ ਕਹਿੰਦਾ ਵੱਜ ਗਿਆ ਭਾਜੀ ਮੋਹਰੇ ਦਾ ਮਾਰ ਦਿਓ ਇੱਥੇ ਰਹਿੰਦਾ ਯਾਰ ਆਹ ਦੇਖੋ ਆਹ ਚੈੱਕ ਕਰੋ ਹੈਗਾ ਕਿ ਨਹੀਂ ਬਹੁਤ ਬੈਡ ਐਕਸਪੀਰੀਅੰਸ ਆ ਮੇਰੇ ਹਿਸਾਬ ਨਾਲ ਆ ਜਿਹੜਾ ਪਹਿਲਾਂ ਸਾਰਾ ਕੁਝ ਸਹੀ ਸੀਗਾ ਜਿਹੜਾ ਇਹਨਾਂ ਦਾ ਡਿਲੀਵਰੀ ਐਕਸਪੀਰੀਅੰਸ ਆ ਨਾ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਾ ਪਤਾ ਕਿਉਂ ਉਹ ਇਸ ਕਰਕੇ ਕਿਉਂਕਿ ਇਹ ਰੋਇਲ ਇਨਫੀਲਡ ਆ ਜਾਵਾ ਵਾਲਿਆਂ ਨੇ ਤਾਂ ਪੂਰੀ ਧੱਕ ਪਈ ਆ ਚਲੋ ਜੋ ਠੀਕ ਹੈ ਬਸ ਅਤੇ ਆਪਾਂ ਹੁਣ ਇਹਨੂੰ ਲੈ ਕੇ ਚੱਲਦੇ ਹਾਂ ਤਾਂ ਆਪਾਂ ਆਪਣੇ ਮਜ਼ੇ ਲੈਂਦੇ ਹਾਂ ਜੀ ਹਾਂ ਜਦੋਂ ਆਪਾਂ ਮਾਲਪੁਰ ਬੁਲਟ ਲਿਆ ਸੀ ਨਾ ਮੈਂ ਜਿਹੜਾ ਇਹ ਤੋਂ ਪਹਿਲਾਂ ਬੁਲਟ ਲਏ ਸੀ 2021 ਦੇ ਵਿੱਚ ਉਹ ਮੈਂ ਮਾਲਪੁਰ ਤੋਂ ਹੀ ਕਢਵਾਏ ਸੀਗੇ ਉਹਨਾਂ ਨੇ ਵੀ ਚੰਗਾ ਬਿਹੇਵੀਅਰ ਸੀਗੀ ਚੰਗੀ ਉਹਨਾਂ ਨੇ ਸੈਲੀਬ੍ਰੇਟ ਕੀਤੀ ਗੱਲ ਇਹ ਹੁੰਦੀ ਹੈ ਵੀ ਸੈਲੀਬ੍ਰੇਸ਼ਨ ਦੀ ਗੱਲ ਹੁੰਦੀ ਇਹਨਾਂ ਨੇ ਤਾਂ ਸੈਲੀਬ੍ਰੇਟ ਕੁਝ ਵੀ ਨਹੀਂ ਹਾਂ ਹਾਂ ਆਪਾਂ ਕੈਸ਼ ਪੂਰੇ ਪੈਸੇ ਦਿੱਤੇ ਸਾਰਾ ਕੁਝ ਕੀਤਾ ਪਰ ਫਿਰ ਵੀ ਚਲੋ ਬੈਡ ਐਕਸਪੀਰੀਅੰਸ ਆ ਖਾਲਸਾ ਮੋਟਰਸ ਜੇ ਤੁਸੀਂ ਇਹ ਵਲੌਗ ਦੇਖੋਗੇ ਤੁਹਾਨੂੰ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਮੈਂ ਤੁਹਾਡੀ ਕੋਈ ਨਿੰਦਿਆ ਨਹੀਂ ਕਰਦਾ ਪਿਆ ਪਰ ਤੁਹਾਨੂੰ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਕਿ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਵੀ ਜਿਹੜੀ ਤੁਹਾਡੀ ਡਿਲੀਵਰੀ ਸੈਲੀਬ੍ਰੇਸ਼ਨ ਆ ਬਿਲਕੁਲ ਨਿਲ ਆ ਸੋ ਜੀ ਡਿਲੀਵਰੀ ਲੈਣ ਤੋਂ ਬਾਅਦ ਤੇਲ ਤੂਰ ਪਵਾ ਕੇ ਅਸੀਂ ਆ ਚੁੱਕੇ ਹਾਂ ਜੀ 0° ਫਗਵਾੜਾ ਸੋ ਇੱਥੇ ਆਪਾਂ ਹੁਣ ਖਾਵਾਂਗੇ ਪੀਵਾਂਗੇ ਕਿਉਂਕਿ ਪਾਪਾ ਨੇ ਸਵੇਰ ਦਾ ਕੁਛ ਨਹੀਂ ਖਾਧਾ ਨਿਰਨੇ ਕਾਲਜ ਬੁਲਟ ਦੀ ਡਿਲੀਵਰੀ ਲੈਣ ਆਏ ਹੋਏ ਜਿਹਦੇ ਬਾਰੇ ਕਿ ਇਹਨਾਂ ਨੂੰ ਨਹੀਂ ਪਤਾ ਸੀ ਔਰ ਹੁਣ ਅਸੀਂ ਇੱਥੇ ਖਾਵਾਂਗੇ ਪੀਵਾਂਗੇ ਆਪਾਂ ਆਪਣਾ ਆਰਡਰ ਦੇ ਦਿੱਤਾ ਜੀ ਬਾਹਰ ਫੁੱਲ ਗਰਮੀ ਆ ਦੇਖੋ ਔਰ ਤੁਹਾਨੂੰ ਇੱਥੋਂ ਦਿਖੇ ਜਾਂ ਨਾ ਦਿਖੇ ਉਹ ਆਪਣਾ ਬੁਲਟ ਖੜਾ ਜੀ ਔਰ ਜੋ ਵੀ ਐਕਸਪੀਰੀਅੰਸ ਰਿਹਾ ਉਹ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ ਦੱਸਿਆ ਜਾਊਗਾ ਹੁਣ ਅਸੀਂ ਇੱਥੇ ਬਹਿ ਕੇ ਟੇਬਲ 'ਤੇ ਪਲਾਨ ਕਰ ਰਹੇ ਹਾਂ ਮੈਂ ਤੇ ਅਜੇ ਕਿ ਆਪਾਂ ਇੱਕ ਰਾਈਡ ਕੱਢ ਕੇ ਆਈਏ ਸ਼ਾਇਦ ਅੱਜ ਦੇ ਅੱਜ ਹੀ ਜਾਂ ਨੈਕਸਟ ਡੇ ਮਾਰਨਿੰਗ ਜਦੋਂ ਵਲੌਗ ਸ਼ੂਟ ਕਰਦੇ ਇਹ ਵੀ ਨਹੀਂ ਮੈਨੂੰ ਪਤਾ ਕਿ ਇਹ ਜਿਹੜਾ ਵਲੌਗ ਆ ਕਦੋਂ ਆਊਗਾ ਬਟ ਜਲਦੀ ਆਊਗਾ ਅਤੇ ਅੱਜ ਨੂੰ ਆਪਾਂ ਇਹ ਵਲੌਗ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਜੀ ਹੁਣ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ ਅੱਜ ਲਈ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਤੁਹਾਨੂੰ ਤੰਦਰੁਸਤ ਰੱਖੇ ਸਾਰਿਆਂ ਨੂੰ ਇੱਦਾਂ ਹੀ ਖੁਸ਼ੀਆਂ ਮਿਲਣ ਜਿੱਦਾਂ ਸਾਨੂੰ ਆਬਾਦ ਕੀਤਾ ਹੋਇਆ ਮਹਾਰਾਜ ਨੇ